छोटे गल सुनी एक मिनट उरे मेरी गल सुन दे बाई नू किने लेके आया ना ना भाभी मैं थोड़ी ले आया मैं तां आउन लग रही थी रास्ते च मिल गया मेरी गल सुन ला जे तू लेके आया होए ना तेरी खैर नहीं हैगी मरने बह जा इत्थे पानी लियोनी आ सत श्री अकाल दोस्तों तुसी साडी वीडियो देखो अद्ध विचारे ना कट्टो जे कोई चीज तुहानू वधिया लगी कोई डायलॉग सब तो बेस्ट लग्या तां कमेंट करके जरूर दस्यो धन्यवाद जी कपड़े ने जिन्ने कबीर कले देने कित्थों पाप लग रहा ना कम ते जावे ना वास्ता सानू रोडा लग रहा ओदी कमाई ते ऐश करदा ओ भी नहीं ओनू कुछ कहिंदा चाचू तेन मम्मी ना का तो डांटदी है कोई गल नहीं पुत्त दुकान मर जा तेरा बेड़ा बर्क हो जाए सारे दंत काटते कंजरा चॉकलेट खवा खवा के क्यों मेनु घरों पढ़ने का दस नी कुड़िए क्यों जानी होंगे नी ए दुकान मेनु पाप लग्या होया उधरों जस्सी कही जांदा मैनू पैसे चाहीदे ने फीस भरनी है इधरों जीरी खाली सारी तेले ने बुरा हाल है की करूगा हाल ਜੀਰੀ ਦਾ ਕਿਹੜਾ ਕੇਰ ਸੀ ਬਸ ਖਰਚੀ ਪੂਰਾ ਹੋਇਆ ਸੀ ਨਾ ਤੈਨੂੰ ਪਤਾ ਤੇਲ ਹੀ ਇੰਨਾ ਪੈ ਗਿਆ ਸੀਗਾ ਤੇਲ ਹੀ ਖਰਾਬ ਹੋ ਗਿਆ ਯਾਰੀ ਜੀ ਹੋਰ ਚਾਹ ਪਾਣੀ ਲਿਆ ਯਾਰ ਭੁੱਖ ਲੱਗ ਰਹੀ ਹੈ ਮੈਂ ਤਾਂ ਡੀਕ ਡੂਕ ਕੇ ਆਇਆ ਵਾਲਾ ਪਚਾਉਂਗੇ ਕਿਹਦੇ ਹੱਥ ਪਚਾਉਂਦੀ ਉਹ ਜੱਸੀ ਨਹੀਂ ਆਇਆ ਗਿਆ ਬਸ ਕਰ ਉਹਦੇ ਨ ਕੰਮੇ ਦੀਆਂ ਗੱਲਾਂ ਨਾ ਕਰਿਆ ਕਰ ਨਾ ਤਾਂ ਉਹ ਪੜਨ ਚ ਹੁਸ਼ਿਆਰ ਆ ਨਾ ਉਹ ਕੰਮ ਕਰਨ ਚ ਹੁਸ਼ਿਆਰ ਆ ਆ ਮੇਰੇ ਪਰਲੇ ਪੈ ਰਿਹਾ ਹੈਗਾ ਸਾਰਾ ਦਿਨ ਡੰਗਰਾਂ ਵਾਂਗੂ ਮੱਥਾ ਮਾਰਦੀ ਰਹਿਣੀ ਉਹਦੇ ਨਾਲ ਮੈਂ ਚੱਲ ਕੋਈ ਨਾ ਤੂੰ ਐ ਨਾ ਬੋਲਿਆ ਕਰ ਜਵਾਕ ਨੇ ਉਹਦੇ ਅਸਰ ਗੇਟਣ ਦੇ ਦਿਨ ਨਹੀਂ ਪੜ ਲਾਂਦੇ ਚਾਰ ਅੱਖਰ ਕੰਮ ਆ ਜਾਣਗੇ ਹੈ ਤੁਹਾਨੂੰ ਕਿੱਧਰਲੇ ਪਾਸੇ ਲੱਗਦਾ ਉਹ ਜਵਾਕ ਹੈ ਮੈਨੂੰ ਦੱਸਿਓ ਸਾਰਾ ਦਿਨ ਔੜੀ ਕੁੱਤੀ ਵਾਂਗੂ ਫਿਰਦਾ ਰਹਿੰਦਾ ਲੋਕਾਂ ਦੇ ਕੋਲੇ ਕੱਚਦਾ ਉਹ ਕੋਈ ਕੋਲੇ ਦਾ ਕੱਚਦਾ ਫਿਰ ਹੁਣ ਉਮਰ ਆ ਉਹਦੀ ਹੁਣ ਫਿਰਨਾ ਨਹੀਂ ਫਿਰ ਉਸ ਤੋਂ ਵਿਆਹ ਹੋ ਗਿਆ ਜਦੋਂ ਫਿਰ ਕਿਹਨੇ ਹੋ ਕਰਨਾ ਆਪੇ ਸਮਝ ਜੂ ਮੈਂ ਮੈਨੂੰ ਤਾਂ ਨਹੀਂ ਲੱਗਦਾ ਉਹਨੂੰ ਕਿਸੇ ਨੇ ਡੋਲਾ ਦੇਣਾ ਉਹਦੀ ਸ਼ਕਲ ਦੇਖ ਕੇ ਕੋਈ ਨਾ ਉਹਦੇ ਨਾਲ ਲੜਿਆ ਕਰ ਜਵਾਕ ਹੈ ਉਹ ਫਿਰ ਕੀ ਪੀਸ ਨੂੰ ਕਹਿੰਦਾ ਜੀ ਹੱਥ ਨਾਲ ਇਹਦਾ ਮੈਂ ਤਾਂ ਸੋਚ ਲੱਗ ਰਹੀ ਹੈ ਜੀਰੀ ਹੋਈ ਹੈ ਪੂਰੀ ਪੂਰੀ ਹੋਈ ਉਹ ਕਹਿੰਦਾ ਮੈਨੂੰ 50000 ਰੁਪਏ ਚਾਹੀਦਾ ਫੀਸ ਭਰਨੀ ਹੈ ਵੇ ਬਸ ਕਰ ਤੂੰ 50 ਕਹਿਣਾ ਮੈਂ ਤਾਂ ਉਹਨੂੰ 5 ਰੁਪਏ ਨਾ ਦਵਾਂ ਨਾ ਤਾਂ ਉਹ ਲੱਖਾਂ ਨਹੀਂ ਉਹਨੂੰ ਕਸ ਦਾ ਵਾਸਤਾ ਨਹੀਂ ਕੰਮ ਨਹੀਂ ਉਹ ਕਰਦਾ ਧੰਦਾ ਨਹੀਂ ਕਰਦਾ ਕੋਈ ਹੈ ਮੇਰੀ ਗੱਲ ਦੱਸ ਤੇਰੇ ਪੈਸੇ ਤੇ ਐਸ਼ ਕਰ ਰਿਹਾ ਜਿੱਦੇ ਉਹ ਕਮਾਉਣੇ ਪੈਣ
ਪਤਾ ਤਾਂ ਫੇਰ ਲੱਗੂ। ਚੱਲ ਕੋਈ ਨਾ ਤੂੰ ਠੰਡੀ ਰਹਿ ਕਰ, ਉਹੀ ਨਾ ਕਰ ਮੋਇਆ ਕਰ, ਜਵਾਹ ਕਰ ਤੇ ਐ ਥੋੜੀ ਬੋਲਿਆ ਕਰਦੇ ਨੇ, ਹੋਰ ਕੌਣ ਦੂਗਾ ਉਹਨਾਂ ਨੂੰ ਪੈਸੇ ਜੇ ਆਪਾਂ ਨਹੀਂ ਦੇਵਾਂਗੇ। ਮੈਂ ਸਾਰਾ ਦਿਨ ਤੂੰ ਖੇਤਾਂ 'ਚ ਮਰਦਾ, ਮਾੜਾ ਮੋਟਾ ਆਪਣੇ ਜਵਾਖਾਂ ਬਾਰੇ ਵੀ ਸੋਚ ਲੈ, ਹੁਣ ਸਾਰੀ ਉਮਰ ਉਸੇ ਬਾਰੇ ਸੋਚੀ ਜਾਏਗਾ ਝੁੱਡੂ ਬਾਰੇ। ਕੁਝ ਨਹੀਂ ਹੁੰਦਾ, ਇਹ ਚਾਰ ਅੱਖਰ ਪੜ ਗਿਆ ਕਿਸੇ ਨੌਕਰੀ ਲੱਗ ਜੂਗਾ, ਆਪਾਂ ਨੂੰ ਚਾਰ ਪੈਸਿਆਂ ਦਾ ਸਹਾਰਾ ਲਾ ਦੂਗਾ। ਨੌਕਰੀਆਂ ਦੇ ਪੈਸੇ ਨੂੰ ਡੀਕ ਰਹੇ ਨੇ ਵੀ ਆ ਜਾ ਤੇਰੇ ਵਾਸਤੇ ਕੁਰਸੀ ਖਾਲੀ ਪਈ ਆ। ਓਏ ਐ ਕੋਈ ਪਤਾ ਨਹੀਂ ਹੁੰਦਾ, ਰੱਬ ਦੀ ਮਿਹਰ ਕੀਤਾ ਰੱਬ ਕਦੋਂ ਮਿਹਰ ਕਰਦੇ। ਪਹਿਲਾਂ ਤੁਹਾਨੂੰ ਮਿਲ ਗਏ ਹੋ ਇੰਨੇ ਪੜਿਆ ਨੂੰ, ਆ ਕਰਦੇ ਹੋ ਖੇਤਾਂ 'ਚ ਧੱਕੇ ਖਾਂਦੇ। ਚੱਲ ਚੰਗਾ, ਜਵਾਬ ਜੈਸਲੀਨ ਕਿੱਧਰੀ ਆ ਰਹੀ ਹੈ? ਇੱਥੇ ਫਿਰਦੀ ਹੋ, ਉਹਨੂੰ ਲੈ ਜਾਂਦਾ ਦੁਕਾਨ ਤੇ, ਸਾਰੇ ਦੰਦ ਖਰਾਬ ਕਰਕੇ ਨੇ, ਉਹਨੂੰ ਮਾੜਾ ਮੋਟਾ ਸਮਝਾ ਦਿਆ ਕਰ ਤੂੰ। ਚੱਲ ਕੋਈ ਨਾ, ਉਹਨੂੰ ਮੈਂ ਕਹਿ ਦੂੰਗਾ ਵੀ ਚੋਕਲੇਟ ਵਗੈਰਾ ਨਾ ਖਵਾਇਆ ਕਰੇ, ਹੋਰ ਚੀਜ਼ਾਂ ਬਥੇਰੀਆਂ ਨੇ, ਉਹ ਫਿਰ ਜਵਾਖੜੀ ਹੁਣ ਹਿੰਡ ਕਰ ਲੈਂਦੇ, ਉਹਨੂੰ ਤਾਂ ਦਿਖਾਉਣੀ ਪੈਂਦਾ। ਜਵਾਖੜੀ ਵੀ ਮੈਨੂੰ ਲੱਗਦਾ ਬੱਜੇ ਦੇ ਵਰਗੂ ਹੀ ਬਣੂਗੀ, ਸਾਰਾ ਦਿਨ ਉਹਦਾ ਪੱਲਾ ਫੜੀ ਰੱਖਦੀ ਆ ਵੀ। ਚੱਲ ਕੋਈ ਨਾ, ਤੂੰ ਐ ਕਰ ਚਾਹ ਦੀ ਕੁੱਟ ਲਿਆ, ਮੈਂ ਫਾਨੇ ਵਾਲੇ ਕੋਲ ਜਾ ਕੇ ਨਾ, ਫਾਨੇ ਬਣਾਉਣ ਵਾਲੇ ਪਏ ਨੇ ਸਾਰੇ, ਇਹਦੇ ਪਤਾ ਨਹੀਂ ਅੱਗ ਲਾਉਣ ਦੇਣਗੇ, ਪਤਾ ਨਹੀਂ ਨਾ ਕੀ ਬਣੂਗਾ ਜੀ। ਤੁਸੀਂ ਨਾ ਮੇਰੀ ਕਦੇ ਗੱਲ ਨਾ ਸੁਣੋ, ਜਿਹੜੀ ਮੈਂ ਕਹਿੰਦੀ ਹੁੰਦੀ ਉਹ ਤੇ ਅਮਲ ਕਰ ਲਿਆ ਕਰੋ ਮਾੜਾ ਮੋਟਾ। ਕਰਨੋ ਕਰਨੋ, ਚੰਗਾ ਤੂੰ ਉਹਦਾ ਕੰਮ ਕਰ ਜਾ, ਲਿਆ ਕੇ ਰੱਖ ਕੋਲ, ਆ ਦੇਰ ਕਰਨੀ। ਅੱਧੀ ਰਾਤ ਹੋਈ ਪਈ ਆ, ਮੈਂ ਵੀ ਸਬਜ਼ੀ ਰੋਟੀ ਕਰਨੀ ਆ, ਚਾਹ ਦੇ ਦੇ ਤੁਹਾਨੂੰ। ਪਰ ਟਾਈਮ ਨਾਲ ਪਹੁੰਚਾ ਦਿਆ ਕਰ, ਉਹ ਤੋਰੀ ਮਰੀ ਜਾਂਦੀ ਆ 5 ਵਜੇ, ਤੈਨੂੰ ਪਤਾ ਨਹੀਂ ਹੈਗਾ ਵੀ ਬੰਦਾ ਖੇਤ ਜਾ ਰਿਹਾ, ਚਲ ਉਹ ਪਹੁੰਚਾ ਦੀਏ, ਜੋ ਨਹੀਂ ਹੈਗਾ ਤੂੰ ਆ ਜਾਈ, ਤੇਰੇ ਕਿਹੜਾ ਦੱਸ ਜਾਂ ਜਰਾ ਵਾਰ ਕੀ ਤੇ ਕਮੇਦੀ ਲਾ ਰਹੀ ਤੇ ਪੈਰਾਂ ਦੇ। ਆ ਮੇਰੀ ਗੱਲ ਸੁਣੋ, ਆ ਮੈਂ ਮੰਡੀਆਂ 'ਚ ਜਾਂਦੀ ਸੋਹਣੀ ਲੱਗਦੀ ਆ ਚਾਹ ਪਾਣੀ ਲੈ ਕੇ। ਜਿਹੜਾ ਦੂਰ ਹੈ ਪਿੰਡ ਦੇ ਸਾਹਮਣੇ ਮੰਡੀ ਹੈ ਜੀ, ਫੜਾਇਆ ਆਉਂਦੀ ਦੋ ਡਿੰਗਾ ਦੇ ਦੱਸ ਤੈਨੂੰ, ਮੈਂ ਵੀ ਤਾਂ ਆਈ ਆ ਟਾਈਮ ਟੂ ਟਾਈਮ ਕੱਢ ਕੇ। ਮੈਂ ਸੋਹਣੀ ਲੱਗਦੇ ਮੰਡੀ 'ਚ ਧੱਕੇ ਖਾਂਦੀ, ਕਿਉਂ ਮੇਰੇ ਸਾਹਿਬ ਜੀ ਕੀ ਬੁਰਾ ਕੰਮ ਹੈ, ਆਪਦੇ ਬੰਦੇ ਦੀ ਚਾਹ ਲੈ ਕੇ ਜਾਏਗੀ, ਤੂੰ ਵੀ ਦੱਸ ਪੰਜਰ ਬਣਾ ਕਰਦੀ, ਉੱਥੇ ਵੀ ਲੋਕ ਤੈਨੂੰ ਆਏ ਕਹਿੰਦੇ। ਮੈਂ ਉਹ ਬੰਦੇ ਨੂੰ ਸਮਝਾ ਦਿਆ ਕਰ, ਉਹਨੂੰ ਕਹਿ ਦਿਆ ਕਰ ਮਾੜਾ ਮੋਟਾ ਮੇਰੇ ਆਖੇ ਲੱਗ ਜੇ, ਨਹੀਂ ਜਿੱਦਾਂ ਮੈਨੂੰ ਗੁੱਸਾ ਚੜ ਗਿਆ ਨਾ ਘਰੋਂ ਬਾਹਰੇ ਕਰ ਦੂੰਗੀ ਮੈਂ ਉਹਨੂੰ। ਜੇ ਤਾਂ ਉਹਨੂੰ ਪਿਆਰ ਨਾਲ ਬੋਲੇ ਫਿਰ ਤਾਂ ਤੇਰੇ ਉਹ ਆਖੇ ਲੱਗੇ, ਸੂਈ ਗਦੜੀ ਜਿਹਾ ਪੈਂਦੀ ਹੈ ਉਹਨੂੰ, ਮੈਂ ਆ ਜਾਣਾ ਮੈਨੂੰ ਨਹੀਂ ਸਿੱਧਾ ਬੋਲਦੀ, ਚਾਰੇ ਪਿਆਰ ਚੱਕ ਕੇ ਪੈ ਜਾਂਦੀ ਹੈ। ਆ ਤੁਹਾਨੂੰ ਮੈਂ ਕਿੱਦੇ ਮਾੜਾ ਚੰਗਾ ਬੋਲਦੀ? ਆ ਹੁਣ ਹੋਰ ਕੀ ਫੁੱਲ ਵਰਸਾਉਣ ਲੱਗ ਰਹੇ ਹੈਗੇ, ਭੱਜ ਭੱਜ ਪੈਂਦੀ ਹੈ। ਤੁਸੀਂ ਉਹਨੂੰ ਮਾੜਾ ਮੋਟਾ ਸਮਝਾ ਦਿਓ, ਦੇਖਾ ਨਾ ਮੈਂ ਉਹਨੂੰ ਕੁਛ ਨਹੀਂ ਕਹਿੰਦੀ, ਕਿਸੇ ਕੰਮ ਧੰਦੇ ਨੂੰ ਹੱਥ ਲਾ ਲਿਆ ਕਰੇ, ਉਹਨੂੰ ਖੇਤ ਬੰਨੇ ਲੈ ਲਿਆ ਕਰ, ਆ ਛੜਾ ਦੇ ਉਹਦੀ ਪੜ੍ਹਾਈ ਪੂਰੀ। ਕੋਈ ਗੱਲ ਨਹੀਂ, ਪੜ੍ਹਾਈ ਪੜ ਲਾ, ਹੁਣ ਆ ਸਾਲ ਤਾਂ ਉਹਨੂੰ ਕਰਨ ਦੇ ਪੂਰਾ ਆਪਦਾ, ਅੱਧ ਵਜਾ ਕੇ ਤੁਸੀਂ ਛੜਾ ਦਾਂਗੇ ਲੋਕ ਕੀ। ਨਾਲੇ ਲੋੜ ਨਹੀਂ ਹੈਗੀ 50,000 ਭਰਨ ਦੀ, ਕੋਈ ਗਰਜ ਮਾਰਾਂਗੇ ਕਿਸੇ ਬਾਣੀ ਵਕੀਲ ਦੇ ਤਾਰਾਂਗੇ। ਕੋਈ ਨਹੀਂ ਕੋਈ ਨਹੀਂ, ਤੂੰ ਇਹ ਵੀ ਨਾ ਕਰਿਆ ਕਰ, ਲੋਕ ਕਹਿਣਗੇ ਵੀ ਮਾਂ ਬਾਪ ਨਹੀਂ ਹੈ ਨਹੀਂ ਕਿਸੇ ਨਹੀਂ ਤੇ ਭਾਈ ਨੇ ਵਿਆਹ ਕਰਾ ਲਿਆ ਦੂਜੇ ਨੂੰ ਵੀ ਨਹੀਂ ਪੜਨ ਦਿੱਤਾ ਹੈਗਾ, ਫਿਰ ਕੀ ਹੁੰਦਾ ਇੱਕ ਸਾਲ ਤਾਂ ਉਹਨੂੰ ਲਵਾਵਾਂਗੇ ਔਖੇ ਸੌਖੇ, ਜਿਵੇਂ ਮਰਜ਼ੀ ਕਰੀਏ। ਚਮਲਾ ਲਾ ਉਹਨੂੰ ਪਲਕਾਂ ਤੇ ਬਿਠਾ ਲੈ, ਠੀਕ ਆ, ਮੰਜੇ ਤੇ ਬੈਠਾ ਚਾਹ ਪਾਣੀ ਦੇ ਦਿਆ ਕਰ, ਉਹਨੂੰ ਪੂਜ ਲਿਆ ਕਰ, ਆਰਤੀ ਲੈ ਲਿਆ ਕਰ। ਪੂਜਣ ਜੋਗੀ ਹੈ ਜਵਾਕ ਆ, ਫਿਰ ਕੀ ਹੋ ਗਿਆ, ਹੜਦੀ ਹੋਈ ਮੇਰੇ ਸਾਈਜ਼ ਦੇ ਤਿੰਨ ਮਰੂੰਗੀ ਚੀਜ਼ ਮੈਂ। ਬੁਰਾ ਖੁੰਡ ਹੋਇਆ ਤੇ ਹਜੇ ਜਵਾਕ ਆ ਉਹ ਮਾਰਦੀ ਆ ਉਹਦੇ ਗੱਲਾਂ, ਜੇ ਫਿਰ ਗਿਆ ਹੱਥੇ ਇੱਦੇ ਨਾ ਉਹਦੀਆਂ ਅਕਲਾਂ ਜੁਗੀ ਟਿਕਾਣੇ। ਤੁਰਦੋ ਤੁਰਦੋ ਕੰਮ ਕਰ ਲਓ, ਕੰਮ ਕਰ ਲਓ, ਤੂੰ ਤਾਂ ਆਹੀ ਕੁਛ ਭਾਲਦੀ ਆ, ਹੋਰ ਕੀ ਤੈਨੂੰ ਕੁਛ ਆਉਂਦਾ ਹੈ? ਸਾਰਾ ਦਿਨ ਕੰਮ ਕਰੀਏ ਫਿਰ ਵੀ ਭਾਬੀ ਸਿੱਧਾ ਨਹੀਂ ਬੋਲਦੀ ਹੈਗੀ, ਲੈ ਕੀ ਕਰੀਏ, ਸਮਝ ਨਹੀਂ ਆਉਂਦੀ ਹੈਗੀ ਇਹ ਜੀ ਭਾਬੀ ਨਾਲ ਤਾਂ ਬੰਦਾ ਹੀ ਸਹੀ ਤੀ। ਛੇਤੀ ਛੇਤੀ ਕੰਮ ਨੂੰ ਹੱਥ ਪਾ ਲਿਆ ਕਰ, ਨਵੀ ਵਿਆਹੀ ਮਗੂ ਇੱਥੇ 5 ਜੇ ਮਾਰੀ ਜਾਇਆ ਕਰ, ਨਮੇੜ ਕੇ ਨਾ ਗੋਏ ਜੇ ਦਾ ਪੀਣਾ ਭਰਿਆ, ਆਟਾ ਨੀ ਹੈਗਾ ਭੋਰਾ, ਨਾਲੇ ਇਹਨਾਂ ਦਾ ਦਾਣਾ ਖਤਮ ਹੋਇਆ ਪਿਆ ਗਾ, ਦੁੱਧ ਦਾ ਤਾਂ ਗਲਾਸ ਭਰ ਕੇ ਬਹਿ ਜਾਣਾ ਹੱਥਾਂ ਨੂੰ ਵੀ ਦੇ ਦੇ ਭਾਬੀ ਗਲਾਸ ਮੈਨੂੰ 20 ਕਿਲੋ ਵਾਲਾ। ਭਾਬੀ ਹੁਣ ਸਵੇਰੇ ਸਵੇਰੇ ਉਹਦਾ ਕੰਮ ਕਰਨ ਲੱਗ ਰਿਹਾ, ਹੁਣ ਮੈਂ ਨਾ ਕੇ ਵੀ ਕਾਲਜ ਜਾਣਾ। ਬੇ ਰਹਿਣ ਦੇ ਕਾਲਜ ਜਾਣੂ, ਆ ਕਿਧਰੇ ਵੀ ਤੈਨੂੰ ਜੱਜ ਵਾਲੀ ਨੌਕਰੀ ਡਿਗਰੀ ਵੀ ਆ ਜਾ ਛੇਤੀ। ਭਾਬੀ ਮੈਂ ਆ ਕੇ ਸ਼ਾਮ ਨੂੰ ਰੱਖਿਆ ਹੂੰਗਾ, ਕੋਈ ਗੱਲ ਨਹੀਂ ਪੀਣਾ ਤਾਂ। ਫਿਰ ਗੁਰਦੁਆਰੇ ਖਾ ਲਿਆ ਰੋਟੀਆਂ ਵੀ, ਆਥਣੇ ਪੀਣਾ ਰੱਖ ਕੇ ਆਂਗਾ, ਬਾਪ ਨਹੀਂ ਹੈਗੇ ਚੱਕੀ ਵਾਲੇ ਵੀ ਤੈਨੂੰ ਪੀ ਕੇ ਦੇਣਗੇ। ਹੁਣ ਫਿਰ ਕਾਲਜ ਵੀ ਜਾਣਾ ਮੇਰੇ, ਮੈਂ ਲੇਟ ਹੋ ਰਿਹਾ ਫਿਰ। ਆ ਤੇਰ ਜਾਈ ਕਾਲਜ ਕੋਲ ਤੇ ਪਹਿਲਾਂ ਆਟਾ ਧਰ ਗਿਆ, ਜਾਣਾ ਕਾਲਜ ਇਹਨੇ। ਲੈ ਯਾਰ ਕਿਹੋ ਜੀ ਹੈ ਯਾਰ, ਮੈਂ ਕਹਿ ਤਾਂ ਰਿਹਾ ਵੀ ਸ਼ਾਮ ਨੂੰ ਘਰੇ ਆਊਂਗਾ, ਜਾਣਾ ਹੀ ਪਊਗਾ, ਚੱਲ ਲੇਟ ਆ ਜਾਵਾਂਗਾ ਕਾਲਜ। ਬੇ ਆ ਜਾ ਹੁਣ, ਕਿ ਮੈਂ ਗੋਰੇ ਦੇ ਸਰਾਏ ਖੜੀ ਰਹਾ, ਹੋਰ ਵੀ ਕੰਮ ਨੇ ਮੈਨੂੰ। ਆ ਗਏ ਭਾਬੀ, ਹੁਣ ਦੱਸ ਕੀ ਕਹਿ ਰਹੀ ਹੈ? ਮੇਰੀ ਮਾਂ ਦਾ ਸਿਰ ਆ ਚੱਕ ਲੈ ਗੋਰਾ। ਭਾਬੀ ਇੱਕ ਮਿੰਟ ਖੜਨਾ, ਮੋਟਰਸਾਈਕਲ ਲਿਆਉਣਾ। ਬੇ ਤੇਰਾ ਬਾਈ ਲੈ ਗਿਆ ਮੋਟਰਸਾਈਕਲ, ਚੁੱਪ ਕਰਕੇ ਸਿਰ ਤੇ ਚੱਕ ਕੇ ਪੀਣਾ ਰੱਖਿਆ, ਨਖਰੇ ਜੇ ਨਾ ਕਰਿਆ ਕਰ, ਮੈਂ ਤੈਨੂੰ ਦੱਸਦਾ ਨਾ ਮੈਨੂੰ ਗੁੱਸਾ ਨਾ ਚੜਾਇਆ ਕਰ। ਚੱਲ ਠੀਕ ਹੈ ਭਾਬੀ, ਕੋਈ ਨਹੀਂ, ਤੇਰੇ ਨਾਲ ਚੱਕ ਲੈ, ਚੱਕ ਲੈ ਜ਼ੋਰ ਨਾਲ, ਮਰਨੇ ਮੇਰੀ ਟੂਲ ਟੜਾਏਗਾ। ਖਾਣ ਸੂਰਾ ਬੀਬੀ ਰੋਟ ਮਾਂਜਣਾ ਦਾ ਗੋਰੀ ਚੱਕਣ ਵੇਲੇ ਕਿਵੇਂ ਹੌਕਦਾ, ਮੈਂ ਕਹਿ ਦੀ ਇਹਨਾਂ ਨੂੰ ਹੱਥਾਂ ਨੂੰ ਪੀ ਦੇਣਗੇ। ਠੀਕ ਹੈ ਭਾਬੀ, ਕਿਤੇ ਦੁੰਨ ਬੱਟਾ ਧਰ ਕੇ ਮੁੜਿਆ ਮੈਂ, ਓਹੋ ਦਿਮਾਗ ਖਰਾਬ ਕਰਦਾ ਦਾ। ਸਬਜ਼ੀਆਂ ਵੀ ਨਹੀਂ ਕੰਮ ਦੀਆਂ ਹੈਗੀਆਂ, ਆ ਦੇਖ ਲਾ ਐ ਹੋਈ ਪਈ ਆ ਨਪੁੱਤਿਆਂ ਦੀ, ਜਿਵੇਂ ਬੜਾ ਹੀ ਦਿਨਾਂ ਦੀ ਆ ਗਈ, ਮਰੀ ਪਈ ਆ ਜਮਾ, ਜਾਣ ਨਹੀਂ ਹੈਗੀ ਨਾ ਚੀਰੀ ਜਾਵੇ।
ਸਾਬੀ ਲੈ ਪੀਣਾ ਤੇ ਰੱਖਿਆ ਆ ਮੈਂ ਤੂੰ ਐ ਕਰ ਰੋਟੀ ਰੋਟੀ ਬਣਾ ਦੇ ਮੈਂ ਨਾਲੇ ਨਾ ਕਾਲਜ ਵੀ ਜਾਣਾ ਬਰਹਣ ਦੇ ਰਹਿਣ ਦੇ ਕਾਲਜ ਜਾਣੋ ਆ ਮੈਂ ਤੈਨੂੰ ਤੜਕੇ ਵੀ ਸਮਝਾ ਦੇ ਆ ਜਿਹੜਾ ਨਾ ਤੇ ਕੋਠੇ ਤੇ ਗੰਦ ਪਾਇਆ ਦੀਵਾਲੀ ਵਾਲੇ ਦਿਨ ਚਾਰ ਲਗਾੜਿਆਂ ਨੂੰ ਲਿਆ ਕੇ ਇੱਥੇ ਕਹਿੰਦੇ ਮੇਰੇ ਤੇ ਜ਼ਿਆਰ ਆਏ ਨੇ ਭਾਬੀ ਉਹ ਸਾਰਾ ਸਾਫ ਕਰਦੇ ਕੋਠਾ ਜਾ ਕੇ ਸੁਣ ਗਿਆ ਤੈਨੂੰ ਉਹ ਭਾਬੀ ਕਰ ਦਾਂਗਾ ਸਫਾਈ ਕੋਈ ਗੱਲ ਨਹੀਂ ਤੈਨੂੰ ਕਹਿ ਰਿਹਾ ਮੈਂ ਕਾਲਜ ਜਾਣਾ ਕਾਲਜ ਜਾਣ ਲਈ ਲੇਟ ਹੋ ਰਿਹਾ ਮੈਂ ਮੇਰੇ ਰਹਿਣ ਦੇ ਆ ਮੈਂ ਤੈਨੂੰ ਤੜਕੇ ਵੀ ਸਮਝਾਇਆ ਸੀ ਵੀ ਤੇਰਾ ਕਾਲਜ ਜਾਣਾ ਕੋਈ ਜ਼ਰੂਰੀ ਨਹੀਂ ਹੈਗਾ ਆ ਜਿਹੜਾ ਕੋਠੇ ਤੇ ਗੰਦ ਪਾਇਆ ਨਾ ਉਹ ਸਾਫ ਕਰ ਦੇ ਭਾਬੀ ਕੀ ਗੱਲ ਹੈ ਮੈਨੂੰ ਦੱਸ ਤਾਂ ਦੇ ਤੂੰ ਕਿਉਂ ਮੈਨੂੰ ਐਂ ਬੋਲਦੀ ਹੈ ਮੇਰਾ ਕਸੂਰ ਕੀ ਹੈ ਮੈਂ ਬੋਲਣ ਨੂੰ ਮੈਂ ਤੇਰੇ ਸਿਰ ਤੇ ਬੰਦੂਕ ਤਾਣੀ ਬੈਠੀ ਹਾਂ ਕੰਜਰਾ ਕਿਵੇਂ ਬੋਲਦਾ ਮੇਰੇ ਮੂਹਰੇ ਲੈ ਫੜ ਜਾ ਗਰੂ ਤੜਕੀ ਤੜਕੀ ਪਾ ਦਿਓ ਖੋਰੂ ਕੋਈ ਤੁਹਾਨੂੰ ਕੋਈ ਕੰਮੀ ਹੀ ਗਿਆ ਆ ਖੋਰੂ ਪਾਉਣ ਨੂੰ ਮੈਂ ਕੀ ਕਿਹਾ ਆ ਇਹਨੂੰ ਆਈ ਕਿਹਾ ਵੀ ਇਹ ਜਿਹੜਾ ਤੂੰ ਦੀਵਾਲੀ ਨੂੰ ਕੰਦ ਪਾਇਆ ਉਹ ਸਾਫ ਕਰਾ ਦੇ ਮੇਰੇ ਨਾਲ ਹੋਰ ਕੀ ਕਹਿੰਦਾ ਬਈ ਐਵੇਂ ਬੋਲਦੀ ਰਹਿੰਦੀ ਭਾਬੀ ਰੋਜ਼ ਸਾਰੇ ਦਾ ਘਰ ਦੇ ਕੰਮ ਕਰਦਾ ਮੈਂ ਕਿਹੜਾ ਕੰਮ ਕਰਿਆ ਭਾਬੀ ਨਹੀਂ ਕਰਕੇ ਆਇਆ ਨਿਸੋਗਾ ਕੋਈ ਤੂੰ ਕੋਲ ਨਹੀਂ ਅੱਜ ਕੋਈ ਕਾਲਜ ਹੁਣ ਪੀਣਾ ਰੱਖ ਕੇ ਆਇਆ ਬਾਈ ਹੁਣ ਮੈਂ ਭਾਬੀ ਨੂੰ ਕਰਾਂ ਮਾਂ ਤੂੰ ਰੋਟੀ ਰੋਟੀ ਬਣਾ ਦੇ ਮੈਂ ਨਾਲੇ ਨਾ ਕਾਲਜ ਜਾਣਾ ਕਿ ਕੰਮ ਕਰ ਲੈ ਆ ਜਾਣ ਦੇ ਪੂਰੀ ਕੀ ਕਰਾਂਗੇ ਤੂੰ ਦੇ ਜਿਹੜਾ ਕੋਠੇ ਤੇ ਗੰਦ ਪਾਇਆ ਦੀਵਾਲੀ ਦੇ ਨੂੰ ਚਲਾ ਚਲਾ ਕੇ ਨੇ ਨਰ ਬੰਬ ਜੇ ਕੀ ਹੋ ਗਿਆ ਜਵਾਕ ਹੈ ਚਲਾ ਲੈ ਫਿਰ ਕਿਸੀ ਕੀ ਗੱਲ ਹੈਗੀ ਨਹੀਂ ਹੋ ਕਰੀ ਜੰਨੀ ਇਹ ਮੈਂ ਬਗ ਜਾਵੇ ਆ ਸਾਡੀ ਵੀ ਸਵੇਰੇ ਸਵੇਰੇ ਲੜਾਈ ਕਰਾ ਦਾ ਨਾ ਜੰਨਾ ਕੇ ਤਿਆਰ ਹੋ ਜਾ ਮੇਰੇ ਰੋਟੀ ਬਣਾ ਕੇ ਦੇ ਦੇ ਨਾਲ ਇਹਨੂੰ ਤੂੰ ਹੀ ਨਾ ਲੜਿਆ ਕਰ ਸਾਰਾ ਦਿਨ ਹੋਰ ਕੰਮ ਤਾਂ ਹੈ ਨਹੀਂ ਮੈਨੂੰ ਪਹਿਲਾਂ ਮੈਂ ਪੂੜੇ ਲਾ ਦਨੀ ਆ ਉਹ ਫਿਰ ਰੋਟੀ ਵਾਸਤੇ ਫਿਰਦੇ ਆ ਜੇ ਰੋਟੀ ਨਹੀਂ ਬਣਾਏਗੀ ਹੋਰ ਕਿਧਰ ਚਾਰ ਪਾਉਣਾ ਫਿਰ ਮਰੀ ਜੰਨੀ ਤੂੰ ਭਾਈ ਰੋਟੀ ਬਣਾ ਕੇ ਦੇ ਚਾਰ ਉਹਦਾ ਪਾ ਕੰਜਰ ਦਾ ਜਿਹੜਾ ਬੇਲਾ ਦਾ ਸਾਰਾ ਦਿਨ ਮੈਂ ਸਾਰੇ ਕੰਮ ਕਰਦੀ ਆ ਨਾਲੇ ਮੈਨੂੰ ਉਲਟਾ ਬੋਲਦਾ ਤੂੰ ਚਾਰ ਪਾਏਗਾ ਰੋਟੀ ਬਣਾ ਕੇ ਦੇ ਦੇਉਂਗੀ ਨਾ ਤੂੰ ਘੰਟਾ ਲਾ ਦੇਂਗੀ ਰਾਤ ਵਾਲੀ ਪਈ ਹੋਣੀ ਸਬਜ਼ੀ ਉਹਦੇ ਦੇ ਇਹਨੂੰ ਗਰਮ ਕਰਕੇ ਪਾ ਦੇਂਗੀ ਉਹਦੇ ਬਾਅਦ ਤੂੰ ਵੀ ਉਹਦੇ ਨਾਲ ਦੇ ਯਾਰ ਦੇ ਭਾਈ ਦੀ ਮੇਰ ਕਰਿਆ ਕਰ ਤੂੰ ਵੀ ਉਹ ਬਾਗ ਜਾ ਤੂੰ ਮੇਰੇ ਤੋਂ ਉਹ ਨਾ ਲੈ ਲਈ ਤੂੰ ਜਾਣਾ ਕੀ ਬਣੇਗਾ ਬੋਲਣ ਜੋ ਗਈਆਂ ਕਰਾਂ ਲੋਟ ਨਾਲੇ ਹੋਰ ਦੇਖ ਲੈ ਨਾ ਮਨ ਛੋਲੇ ਪੈਂਦੇ ਨੇ ਲੈ ਭਾਬੀ ਰੋਟੀ ਲਿਆ ਦੇ ਮੈਂ ਰੋਟੀ ਨਹੀਂ ਬਣੀ ਇੱਕ ਘੰਟਾ ਲੱਗੂ ਜੇ ਰੋਟੀ ਖਾ ਕੇ ਜਾਣੀ ਹੈ ਬਹਿ ਜਾ ਫੇ ਭਾਬੀ ਮੈਂ ਪਹਿਲੀ ਲੇਟ ਹੋ ਰਿਹਾ ਤੈਨੂੰ ਕਿਹਾ ਤਾਂ ਰਹੇ ਸੀ ਵੀ ਰੋਟੀ ਬਣਾ ਕੇ ਰੱਖੀ ਮੇਰੀ ਗੱਲ ਸੁਣ ਲਓ ਵੀ ਜਿਹੜੀ ਆਪਣੇ ਚ ਗੱਲ ਹੁੰਦੀ ਹੁੰਦੀ ਆ ਅੱਜ ਤੇਰੇ ਪਤੰਦਰ ਨੂੰ ਪਤਾ ਲੱਗ ਗਿਆ ਨਾ ਤੇਰੇ ਜੁੰਡੇ ਜੇ ਪਾੜ ਦੂੰ ਮੈਂ ਸੁਣ ਗਿਆ ਤੈਨੂੰ ਭਾਬੀ ਮੈਂ ਉਹਦੇ ਸਾਹਮਣੇ ਕਦੋਂ ਬੋਲਿਆ ਨਾ ਤੂੰ ਹੋਰ ਕੀ ਕਹਿ ਰਿਹਾ ਸੀ ਇਹੀ ਬੋਲਦੀ ਆ ਭਾਬੀ ਤੇ ਇਹੀ ਬੋਲਦੀ ਆ ਮੈਂ ਤੇਰੀ ਸ਼ਕਲ ਨੂੰ ਦੇਖ ਕੇ ਬੋਲਦੀ ਆ ਮੈਨੂੰ ਤਾਂ ਤੂੰ ਜਮਾ ਹੀ ਨਹੀਂ ਵਧੀਆ ਲੱਗਦਾ ਲੈ ਭਾਬੀ ਤੈਨੂੰ ਤਾਂ ਹੀ ਕਹਿ ਰਿਹਾ ਮੈਂ ਕਿ ਤੇਰੇ ਨਾਲ ਕੰਮ ਚ ਹੱਥ ਵਟਾਉਣਾ ਹੋਰ ਕੀ ਨਹੀਂ ਸੁਣ ਲੈ ਇੱਕ ਘੰਟਾ ਲੱਗੂ ਰੋਟੀ ਨੂੰ ਖਾਣੀ ਆ ਖਾ ਨਹੀਂ ਤੁਰਦਾ ਵੜ ਆਪਾਂ ਲੇਟ ਹੋ ਰਿਹਾ ਚੰਗਾ ਮੈਂ ਤਾਂ ਜਾਣਾ ਕੀ ਕਰੀਏ ਯਾਰ ਭਾਬੀ ਨੇ ਬੜਾ ਦੁੱਖ ਦਿੱਤਾ ਯਾਰ ਸਮਝ ਨਹੀਂ ਆ ਰਹੀ ਕਰਾਂ ਤਾਂ ਕਰਾਂ ਕੀ ਐਂ ਕਰਦਾ ਬਾਈ ਦੇ ਸਹੁਰੇ ਚੱਲਦਾ ਇਹਦੇ ਭਾਈ ਨੂੰ ਦੱਸਾਂਗੇ ਸਾਰੀ ਗੱਲ ਵੀ ਇਹ ਤਾਂ ਐਂ ਜੀਣ ਤਾਂ ਦਿੰਦੇ ਨਹੀਂ ਅੱਜ ਕਾਲਜ ਰਹਿਣ ਹੀ ਦਿੰਦਾ ਸਹੁਰੇ ਚੱਲਦਾ ਹੋਰ ਕੀ ਹਾਲ ਆ ਬਾਈ ਜੀ ਹੋਰ ਠੀਕ ਹੈ ਹੋਰ ਦੱਸੀ ਵਧੀਆ ਜੀ ਵਧੀਆ ਕਿਵੇਂ ਚੋਰੀ ਚੋਰੀ ਜੇ ਆ ਗਿਆ ਤੂੰ ਉਹ ਚੋਰੀ ਚੋਰੀ ਕੰਮ ਹੁਣ ਵੀ ਨਹੀਂ ਕੀਤਾ ਵੀ ਪਤੰਦਰਾ ਮੈਂ ਤਾਂ ਤੁਹਾਡੇ ਕੋਲ ਹੀ ਆਏ ਸੀ ਬਈ ਕੰਮ ਅੱਛਾ ਅੱਛਾ ਕੋਈ ਨਹੀਂ ਚਲਾ ਗਿਆ ਬੈਠ ਹੋਰ ਪੜ੍ਹਾਈ ਕਿੱਦਾਂ ਚੱਲਦੀ ਤੇਰੀ ਵਧੀਆ ਚੱਲਦੀ ਆ ਹੋਰ ਘਰ ਪਰਿਵਾਰ ਸਭ ਠੀਕ ਨੇ ਘਰ ਪਰਿਵਾਰ ਤਾਂ ਬਈ ਸਭ ਠੀਕ ਆ ਮੈਂ ਤਾਂ ਤੁਹਾਡੇ ਕੋਲ ਆਏ ਸੀ ਮੈਂ ਤਾਂ ਐਂ ਕਹਿ ਰਿਹਾ ਸੀ ਭਾਬੀ ਬਹੁਤ ਤੰਗ ਪਰੇਸ਼ਾਨ ਕਰਦੀ ਹੈ ਮੈਨੂੰ ਤੈਨੂੰ ਤੰਗ ਪਰੇਸ਼ਾਨ ਕਰਦੀ ਆ ਹਾਂ ਬਈ ਪੁੱਠਾ ਸਿੱਧਾ ਬੋਲਦੀ ਨਾਲੇ ਮੈਂ ਘਰ ਦੇ ਸਾਰੇ ਕੰਮ ਕਰਦਾ ਯਾਰ ਨਾ ਹੀ ਜੀ ਤਾਂ ਕੋਈ ਗੱਲ ਨਹੀਂ ਹੈਗੀ ਯਾਰ ਇਹੀ ਜੀ ਨਹੀਂ ਹੈਗੀ ਮੇਰੀ ਭੈਣ ਪਤਾ ਨਹੀਂ ਬਈ ਮੈਂ ਤਾਂ ਅੱਕ ਕੇ ਤੇਰੇ ਕੋਲੇ ਆਇਆ ਮੈਂ ਤੂੰ ਮੇਰੇ ਨਾਲ ਚੱਲ ਤੂੰ ਸਮਝਾ ਬਈ ਉਹਨੂੰ ਉਹ ਤਾਂ ਕੋਈ ਗੱਲ ਨਹੀਂ ਜੱਸੀ ਯਾਰ ਤੂੰ ਇਹੀ ਜੀ ਤਾਂ ਗੱਲ ਹੋ ਨਹੀਂ ਸਕਦੀ ਹੈਗੀ ਮੈਂ ਕੀ ਕਰਾਂ ਬਾਈ ਵੱਡਾ ਭਾਈ ਜਦੋਂ ਘਰੋਂ ਬਾਹਰ ਵਗ ਜੇ ਤਾਂ ਮੈਨੂੰ ਬੋਲਦੀ ਹੈ ਇਹ ਤਾਂ ਗਲਤ ਗੱਲ ਆ ਯਾਰ ਫਿਰ ਉਹਦੇ ਵਾਸਤੇ ਤਾਂ ਦੇਖ ਤੁਹਾਡੀ ਮਾਂ ਹੈ ਨਹੀਂ ਜੀ ਹਨਾ ਹੁਣ ਤਾਂ ਰੋਟੀ ਟੁੱਕ ਦੇਣ ਦਾ ਉਹਦਾ ਹੀ ਹੱਕ ਬਣਦਾ ਇਹਨੂੰ ਕੱਪੜਾ ਲੀੜਾ ਧੋ ਕੇ ਦੇਣ ਦਾ ਹੋਰ ਬਾਈ ਤੈਨੂੰ ਪਤਾ ਮੈਂ ਤਾਂ ਬਾਈ ਕਾਲਜ ਵਾਲਾ ਬੰਦਾ ਪੜ੍ਹਨ ਲਿਖਣ ਵਾਲਾ ਸਾਰਾ ਦਿਨ ਮੈਂ ਕੰਮ ਵੀ ਕਰਦਾ ਫਿਰ ਵੀ ਮੈਨੂੰ ਟੋਕਦੀ ਰਹਿੰਦੀ ਵੀ ਤੂੰ ਕੁਛ ਕਰਦਾ ਨਹੀਂ ਹੈਗਾ ਉਹ ਕੰਮ ਤਾਂ ਘਰੇਲੂ ਤਾਂ ਯਾਰ ਕਰੇ ਲੈਂਦੀ ਹੁੰਦੀ ਆ ਲੇਡੀ ਆ ਤੂੰ ਪੜ੍ਹਾਈ ਕਰ ਆਪਦੀ ਕੋਈ ਟੈਨਸ਼ਨ ਨਾ ਲਿਆ ਕਰ ਕੋਈ ਨਹੀਂ ਉਹ ਤਾਂ ਮੈਂ ਫੋਨ ਕਰ ਦੂੰਗਾ ਕੋਈ ਗੱਲ ਨਹੀਂ ਮੈਂ ਹੋਰ ਬਈ ਸਾਰਾ ਦਿਨ ਮੇਰੇ ਨਾਲ ਕਲੇਸ਼ ਕਰਦੀ ਰਹਿੰਦੀ ਹੈ ਮੈਂ ਤਾਂ ਇੱਕ ਵਾਰੀ ਤੇਰੇ ਕੋਲ ਆਇਆ ਸੀ ਦੱਸਣ ਵੀ ਮੇਰੇ ਨਾਲ ਇਹ ਕੁਛ ਬਣਦਾ ਬਈ ਓਏ ਉਹ ਤਾਂ ਠੀਕ ਹੈ ਜੱਸੀ ਕੋਈ ਗੱਲ ਨਹੀਂ ਮੈਂ ਸਮਝਾ ਦੂੰਗਾ ਕਹਿ ਤਾਂ ਦਿੱਤਾ ਮੈਂ ਫੋਨ ਕਰ ਦੂੰਗਾ ਨਹੀਂ ਕਦੇ ਮੇਰਾ ਗੇੜਾ ਲੱਗਿਆ ਚੱਲ ਮੈਂ ਆ ਜੂੰਗਾ ਕਦੇ ਦਿਨ ਤੱਕ ਮੈਂ ਘਰੇ ਜਾ ਕੇ ਸਮਝਾਇਆ ਹੁਣ ਤੇ ਨਹੀਂ ਬਈ ਤੂੰ ਹੁਣੇ ਚੱਲ ਮੇਰੇ ਨਾਲ ਸਾਡਾ ਤਾਂ ਮਰਨਾ ਹੋਇਆ ਪਿਆ ਉਹ ਆਇਆ ਨਹੀਂ ਛੋਟੇ ਵੀਰ ਗੱਲਾਂ ਕਰਿਆ ਕਰਦੇ ਐਵੇਂ ਦੀਆਂ ਜੇ ਆਹ ਗੱਲ ਆ ਕੋਈ ਗੱਲ ਨਹੀਂ ਚੱਲ ਮੈਂ ਤੇਰੇ ਨਾਲ ਹੀ ਚੱਲਦਾ ਹੁਣ ਮੈਂ ਸਮਝਾ ਕੇ ਆਉਣਾ ਆ ਜਾ ਚੱਲ ਆ ਜਾ ਨਾ ਫਿਕਰ ਕਰ ਆ ਜਾ ਤਾਂ ਕਿੰਨਾ ਟਾਈਮ ਹੋ ਗਿਆ ਆ ਛੋਟੜਾ ਅੱਜ ਘਰੇ ਨਹੀਂ ਬੜਿਆ ਹੈਗਾ ਪਤਾ ਨਹੀਂ ਕਿੱਥੇ ਨਿਕਲਿਆ ਵੀ ਸੰਨੀਆਂ ਨਹੀਂ ਕਰਨੀਆਂ ਦੱਸ ਕਹਿੰਦਾ ਕਾਲਜ ਜਾਣਾ ਪਤਾ ਨਹੀਂ ਕਿਹੜੇ ਕਾਲਜ ਜਾਂਦਾ ਗਾ ਉਹ
ਇਹਨੀ ਹੈਗਾ ਵੀ ਸੰਨੀ ਸੱਪਾ ਕਰਦਾ ਆ ਕੇ ਲੈ ਜਾ ਜੱਸੀ ਜਾ ਬਾਈ ਅਸੀਂ ਕਹੇ ਬਾਈ ਅਸੀਂ ਕਹੇ ਬਾਈ ਹੋ ਠੀਕ ਹੋ ਹਾਂ ਬਾਈ ਠੀਕ ਆ ਆ ਦੋ ਦਿਨ ਪਹਿਲਾਂ ਤਾਂ ਤੁਸੀਂ ਮੈਨੂੰ ਦਿਵਾਲੀ ਦਾ ਸਮਾਨ ਦੇ ਕੇ ਗਏ ਸੀ ਅੱਜ ਫੇਰ ਸੁੱਖ ਵੀ ਆ ਕਰੇ ਸੁੱਖ ਹੈ ਬਾਈ ਕਿਉਂ ਮੈਂ ਆ ਨਹੀਂ ਸਕਦਾ ਨਾ ਨਾ ਬਾਈ ਇਹ ਜੀ ਗੱਲ ਨਹੀਂ ਵਜਾ ਨਹੀਂ ਬਾਈ ਤੂੰ ਤਾਂ ਕਹਿਣ ਲੱਗੀ ਵੀ ਹੁਣ ਆ ਨਾ ਬਾਈ ਇਹ ਜੀ ਗੱਲ ਨਹੀਂ ਤੂੰ ਗੁੱਸਾ ਨਾ ਕਰ ਤੇਰਾ ਆਪਦਾ ਘਰ ਆ ਜਦੋਂ ਜੀ ਮਰਜੀ ਆਈ ਉੱਥੇ ਬਹਿ ਜਾ ਮੈਂ ਲਿਆਉਣੀ ਆ ਪਾਣੀ ਆ ਜਾ ਜੱਸੀ ਬਾਈ ਆ ਜਾ ਤੂੰ ਵੀ ਆ ਜਾ ਬਾਈ ਆ ਬਾਈ ਮੈਂ ਵੀਰੇ ਪਾਣੀ ਲਿਆਵਾਂ ਛੋਟੇ ਗੱਲ ਸੁਣੀ ਇੱਕ ਮਿੰਟ ਹੋ ਰਿਹਾ ਮੇਰੀ ਗੱਲ ਸੁਣ ਦੇ ਆ ਬਾਈ ਨੂੰ ਕਿਵੇਂ ਲੈ ਕੇ ਆਇਆ ਨਾ ਨਾ ਭਾਬੀ ਮੈਂ ਥੋੜੀ ਲੈ ਆ ਮੈਂ ਤਾਂ ਆਉਣ ਲੱਗ ਰਹੀ ਸੀ ਰਸਤੇ 'ਚ ਮਿਲ ਗਿਆ ਮੇਰੀ ਗੱਲ ਸੁਣ ਲੈ ਜੇ ਤੂੰ ਲੈ ਕੇ ਆਇਆ ਹੋਇਆ ਨਾ ਤੇਰੀ ਖੈਰ ਨਹੀਂ ਹੈਗੀ ਮਰਨਾ ਬਾਈ ਜਾ ਉੱਥੇ ਪਾਣੀ ਲਿਆਉਣੀ ਆ ਲੈ ਵੀਰੇ ਪਾਣੀ ਬਹਿ ਜਾ ਭੈਣੇ ਹੋਰ ਦੱਸ ਬਾਈ ਘਰੇ ਸੁੱਖ ਸ਼ਾਂਤੀ ਆ ਐਨ ਵਧੀਆ ਬਾਈ ਕਿਰਪਾ ਪਰਮਾਤਮਾ ਦੀ ਤੁਸੀਂ ਦੱਸੋ ਕੀ ਹਾਲ ਨੇ ਤੁਹਾਡੇ ਸਾਡੇ ਤਾਂ ਬਾਈ ਬਹੁਤ ਵਧੀਆ ਨੇ ਵਧੀਆ ਤੂੰ ਦੱਸ ਕਿਵੇਂ ਆਉਣੇ ਹੋਏ ਬਾਈ ਬਸ ਉਹੀ ਮੈਨੂੰ ਤਾਂ ਮਿਲ ਗਿਆ ਜੱਸੀ ਉੱਥੇ ਰਸਤੇ 'ਚ ਅੱਛਾ ਮੈਂ ਚੱਲ ਮੈਂ ਵੀ ਭੈਣ ਦਾ ਪਤਾ ਲਿਆ ਮੈਂ ਜਾਇਆ ਮਾਰੇ ਮੈਂ ਕਿਹੜਾ ਚੱਲ ਵਧੀਆ ਐਦਾਂ ਮੈਨੂੰ ਪਤਾ ਮੇਰਾ ਭਾਈ ਮੇਰਾ ਬਹੁਤ ਪਿਆਰ ਕਰਦਾ ਚਾਹ ਬਣਾ ਕਿ ਲੈ ਮੈਂ ਪਹਿਲਾਂ ਨਾ ਚਾਹ ਨਹੀਂ ਉਹ ਕਿੱਧਰ ਜਾ ਰਿਹਾ ਸਰਦਾਰ ਇੱਥੇ ਕਿਤੇ ਗਿਆ ਹੋਊਗਾ ਬਾਈ ਆ ਪਹਿਲਾਂ ਤਾਂ ਕਹਿੰਦੇ ਖੇਤ ਗਿਆ ਹੋਇਆ ਦੀਗਾ ਖੇਤੋਂ ਆ ਗਿਆ ਤੇ ਮੈਨੂੰ ਲੱਗਦਾ ਬਾਹਰ ਨੂੰ ਨੰਗਿਆ ਹੋਇਆਗਾ ਚਾਹ ਬਣਾ ਲੈਣੀ ਆ ਪਹਿਲਾਂ ਮੈਂ ਇੰਨੇ ਨੂੰ ਆ ਜਾਊਗਾ ਨਾ ਚਾਹ ਨੂੰ ਤਾਂ ਕੋਈ ਨਹੀਂ ਬਾਈ ਮੈਂ ਤਾਂ ਗੱਲੇ ਕਰਨੀ ਦੀ ਵਿੱਚ ਮੇਰੇ ਕੋਲ ਵੀ ਟਾਈਮ ਹੈ ਨਹੀਂ ਇੰਨਾ ਮੈਂ ਤਾਂ ਉਹੀ ਲੰਘਿਆ ਜਾਂਦਾ ਹੀ ਆਇਆ ਸੀ ਕੀ ਗੱਲ ਸੀ ਬਾਈ ਗੱਲ ਤਾਂ ਐਂ ਦੀ ਬਾਈ ਵੀ ਤੁਸੀਂ ਵਧੀਆ ਹਨਾ ਪਰਿਵਾਰ ਨਾਲ ਵਧੀਆ ਬਣਾ ਕੇ ਰਹੇ ਬਾਬੀ ਤੁਸੀਂ ਮਾਰੋ ਗੱਲਾਂ ਮੈਂ ਡੰਗਰਾਂ ਨੂੰ ਕੱਖ ਪਾਇਆ ਮਾਂ ਪਾਇਆ ਪਾਇਆ ਦੇਖ ਲੈ ਬਾਈ ਮੇਰਾ ਦੇਵਰ ਕਿੰਨਾ ਸਿਆਣਾ ਗਾ ਕਹਿੰਦਾ ਡੰਗਰਾਂ ਨੂੰ ਕੱਖ ਕੰਡੇ ਪਾਕਣਾ ਬਹੁਤ ਸਾਰਾ ਬਾਈ ਮੈਨੂੰ ਇਹਦਾ ਸਾਰੇ ਕੰਮ ਧੰਦੇ ਆਪ ਕਰਾ ਦਿੰਦਾ ਡੰਗਰ ਪਸ਼ੂਆਂ ਦੇ ਨਾਲੇ ਮੈਂ ਵੀ ਨਹੀਂ ਕੋਈ ਇਹਦੀ ਸੇਵਾ 'ਚ ਕਮੀ ਰੱਖ ਦੇਗੀ ਖਾਣ ਪੀਣ ਨੂੰ ਖੁੱਲਾ ਦਿੰਦੀ ਹਾਂ ਆ ਦੁੱਧ ਦਹੀਂ ਘਿਓ ਤਾਂ ਸਾਡੇ ਤੈਨੂੰ ਪਤਾ ਹੀ ਆ ਡੰਗਰਾਂ ਕਰਕੇ ਆਮ ਹੀ ਰਹਿੰਦਾ ਮੈਂ ਕਦੇ ਰੋਕਿਆ ਨਹੀਂ ਹੈਗਾ ਵੀ ਚੱਲ ਮਾਂ ਵਾਰ ਆ ਲੋਕ ਐ ਨਾ ਕਹਿੰਦਾ ਵੀ ਭਾਬੀ ਸੇਵਾ ਨਹੀਂ ਕਰਦੀ ਹੈਗੀ ਤਾਂ ਕਰਕੇ ਸੀ ਨਹੀਂ ਮੈਂ ਤਾਂ ਝੁਟਕਦੀ ਝੁਟਕਦੀ ਹੈ ਇਹਨੂੰ ਜੋ ਇਹਦਾ ਦਿਲ ਕਰਦਾ ਉਹੀ ਕਰਦਾ ਮੈਂ ਤਾਂ ਕਦੇ ਨਹੀਂ ਇਹਨੂੰ ਰੋਕਿਆ ਟੋਕਿਆ ਹੈਗਾ ਦੇਖ ਜੇ ਦੁੱਧ ਮੰਗਦਾ ਆਪਾਂ ਤਾਂ ਨਾਲ ਦੀ ਨਾਲ ਗਲਾਸ ਭਰ ਕੇ ਦੇ ਦਿੰਦੇ ਆ ਰੋਟੀ ਕਹੇ ਤਾਂ ਮੈਂ ਪਰੌਂਠੇ ਲਾ ਕੇ ਦਿੰਦੀ ਹੈਗੀ ਮੈਂ ਨਹੀਂ ਕਦੇ ਝਿੜਕਿਆ ਨਹੀਂ ਹੈਗਾ ਵੀ ਚੱਲ ਕੋਈ ਨਾ ਮਾਂ ਵਾਰ ਹੈਗਾ ਹਨਾ ਕੀ ਗੱਲ ਬਾਈ ਤੂੰ ਮੇਰੀ ਗੱਲ ਹੀ ਨਹੀਂ ਸੁਣਦਾ ਧਿਆਨ ਨਾਲ ਮੂੰਹ ਹੀ ਪਰਾਂ ਕਰ ਰੱਖਿਆ ਗੱਲ ਤਾਂ ਬਾਈ ਮੈਂ ਸੁਣ ਲਈ ਆ ਜੱਸੀ ਦੀ ਗੱਲ ਸੁਣ ਕੇ ਮੈਂ ਅੱਜ ਆਇਆ ਇੱਥੇ ਦੁਬਾਰਾ ਮੈਂ ਤਾਂ ਉਹਨੂੰ ਜੀ ਨਹੀਂ ਕਰਦਾ ਉਹਦੀ ਗੱਲ ਸੁਣ ਕੇ ਐਂ ਜੀ ਕਰਿਆ ਮੈਂ ਤਾਂ ਇੱਥੇ ਮਰ ਜਾ ਕੁਛ ਖਾ ਕੇ ਕਿਉਂ ਬਾਈ ਕੀ ਹੋ ਗਿਆ ਹੋਰ ਉਹ ਵਿਚਾਰਾ ਕੀ ਕਹਿੰਦਾ ਤੈਨੂੰ ਜਵਾਕ ਤੂੰ ਇੰਨਾ ਤੰਗ ਕਰਦੀ ਆ ਉਹਨੂੰ ਹਾਏ ਹਾਏ ਬਾਈ ਹੋਰ ਵੀ ਜੀ ਕੀ ਹਾਲ ਨੇ ਠੀਕ ਹੈ ਜੀ ਬਹੁਤ ਵਧੀਆ ਹੋਰ ਘਰੇ ਪਰਿਵਾਰ ਠੀਕ ਤੇ ਹਾਂ ਜੀ ਹਾਂ ਆ ਫੋਨ ਤਾਂ ਧਰਦਾ ਕਰ ਪਰਾਂ ਉਰੀ ਪਿਆ ਫਿਰ ਕਹਿੰਦੀ ਫੁੱਟ ਗਿਆ ਉਹ ਜਵਾਕੜੀ ਜੀ ਧਰ ਗਈ ਜੀ ਹੋਰ ਕਿਵੇਂ ਆਉਣੇ ਹੋਏ ਫਿਰ ਵਧੀਆ ਵਧੀਆ ਜੀ ਤੁਸੀਂ ਦੱਸੋ ਹਾਂ ਫਸਲਵਾੜੀ ਸਾਂਭ ਲਈ ਹਾਂ ਜੀ ਹਾਂ ਅਜਿਹੀ ਤਾਂ ਯਾਰ ਘੱਟੇ ਨਿਕਲੀਆਂ ਜੀਰੀਆਂ ਨਾ ਤੇਲੇ ਨੇ ਉਹ ਰਾਹਲ ਕਰਤਾ ਕਰਕੇ ਹੋ ਗਿਆ ਜੀ ਨਾਲੇ ਬਹੁਤ ਸਪਰੇਆਂ ਹੋ ਗਈਆਂ ਬਾਈ ਤੁਸੀਂ ਕਰੋ ਗੱਲਾਂ ਫਿਰ ਮੈਂ ਚਾਹ ਬਣਾ ਲੈ ਨਾ ਗੱਲ ਬਾਈ ਮੈਂ ਤੇਰੇ ਨਾਲ ਹੀ ਕਰਨ ਆਇਆ ਕੀ ਗੱਲ ਹੋ ਗਈ ਬਾਈ ਜੀ ਤਾਂ ਗੱਲ ਤਾਂ ਕੀ ਹੋਣੀ ਸੀ ਆ ਇਹਨੂੰ ਪੁੱਛੇ ਲੈ ਮੇਰੀ ਭੈਣ ਨੂੰ ਮੈਂ ਤਾਂ ਜੀ ਜੱਸੀ ਗਿਆ ਸੀ ਮੇਰੇ ਕੋਲੇ ਮੇਰੇ ਕੋਲ ਦੁਬਾਰੇ ਆਉਣ ਨੂੰ ਦੋ ਦਿਨਾਂ ਬਾਅਦ ਜੀ ਕਰਦਾ ਸੀ ਉਰੇ ਵਿਚਾਰਾ ਰੋਂਦਾ ਸੀ ਮੇਰੇ ਕੋਲੇ ਜਾ ਕੇ ਉਹ ਯਾਰ ਕੀ ਦੱਸਾਂ ਮੈਂ ਤੈਨੂੰ ਜੀ ਤੂੰ ਮੈਂ ਡੰਗਰਾਂ ਵਰਗੀ ਜੂਨ ਕਰਖੀ ਆ ਤੇਰੀ ਭੈਣ ਨੇ ਮੈਂ ਤੋਂ ਨਹੀਂ ਬਾਈ ਇਹ ਸੁਣੀਆਂ ਜਾਂਦੀਆਂ ਗੱਲਾਂ ਮੈਂ ਤੈਨੂੰ ਕਈ ਦਿਨਾਂ ਦਾ ਫੋਨ ਕਰਦਾ ਕਰਦਾ ਮੈਂ ਸੋਚਿਆ ਸੀ ਮੈਂ ਚੱਲ ਕਾਨੂੰਨ ਟੈਨਸ਼ਨ ਲੈਣਾ ਸੁਧਰ ਜੂਗੇ ਸੁਧਰ ਜੂ ਇਹ ਤਾਂ ਯਾਰ ਬਹੁਤ ਬੁਰੀ ਕਰਦੀ ਉਹਦੇ ਨਾਲ ਮੇਰੇ ਵਾਸਤੇ ਹਾਏ ਹਾਏ ਜੀ ਤੁਸੀਂ ਵੀ ਉਹਦੇ ਨਾਲ ਦੇ ਹੋਗੇ ਕਈ ਵਾਰੀ ਤਾਂ ਮੇਰੇ ਸਾਹਮਣੇ ਲੜਦੀ ਮੇਰੇ ਕਹਿਣ ਦੇ ਵਾਸਤੇ ਵੀ ਨਹੀਂ ਹਟਦੀ ਹੈਗੀ ਉਹਨੂੰ ਸੌ ਸੌ ਕੁਝ ਬੋਲਦੀ ਹੈ ਹੁਣ ਯਾਰ ਉਹ ਉਹਨੂੰ ਕਹਿੰਦੀ ਵੀ ਇਹ ਪੜ੍ਹ ਨਹੀਂ ਜਾਂਦਾ ਵੀ ਕਾਹ ਤੋਂ ਪੈਸੇ ਖਰਚ ਕਰਦਾ ਕੀ ਗੱਲ ਜੀ ਹੁਣ ਇਹ ਪੜ੍ਹ ਜੂਗਾ ਯਾਰ ਕੀ ਬਤਾ ਉਹਦੇ ਪੈਰਾਂ 'ਤੇ ਖੜਾ ਹੋ ਜੇ ਹੈ ਆਪਣਾ ਫਰਜ਼ ਬਣਦਾ ਵੀ ਲੋਕ ਕੀ ਕਹਿਣਗੇ ਤੁਸੀਂ ਉਹਦੇ ਮਾਂ-ਬਾਪ ਨੂੰ ਦਿਆ ਕਰੋ ਬਾਈ ਮੈਂ ਉਹਨੂੰ ਕੁਛ ਨਹੀਂ ਕਹਿੰਦੀ ਇਹ ਤਾਂ ਆਪ ਉਹਦਾ ਸਾਰੀ ਦਿਨ ਮੇਰਜੀ ਕਰਦਾ ਰਹਿੰਦਾ ਮੈਂ ਉਹਨੂੰ ਮਾੜਾ ਮੋਟਾ ਕੰਮ ਨੂੰ ਹੀ ਕਹਿ ਦਿੰਦੀ ਆ ਕੰਮ ਨਹੀਂ ਬਾਈ ਉਹ ਤਾਂ ਤੂੰ ਜਦੋਂ ਪੜ੍ਹਦੀ ਸੀ ਤੇ ਤੂੰ ਕੰਮ ਕਰਵਾਇਆ ਸੀ ਆਪਣੇ ਮੰਮੀ ਡੈਡੀ ਨੇ ਬਾਈ ਉਹ ਗੱਲ ਵੱਖਰੀ ਆ ਹੁਣ ਇਹਦਾ ਮੁੰਡਾ ਖੁੰਡਾਗਾ ਮਾੜਾ ਮੋਟਾ ਤਾਂ ਕਰਨਾ ਚਾਹੀਦਾ ਪੜ੍ਹਦੀ ਆ ਦੇਖ ਲੈ ਬਾਈ ਜੀ ਤੇ ਸਾਡਾ ਤਾਂ ਇਹਨਾਂ ਦਿਮਾਗ ਖਰਾਬ ਕਰ ਕਹਿੰਦਾ ਇਹਦੇ ਬੁੱਤ 'ਚ ਬੜੇ 20 ਵਾਰੀ ਇਹਨੂੰ ਪਿਆਰ ਨਾਲ ਕਹਿੰਦੇ ਨੂੰ ਐ ਵੀ ਕਹਤਾ ਵੀ ਜੇ ਕੰਮ ਲੈਣਾ ਪਿਆਰ ਨਾਲ ਕੰਮ ਦਿੰਦਾ ਤਾਂ ਅੱਖੜ ਕੇ ਥੋੜੀ ਕੋਈ ਕੰਮ ਦਿਆ ਕਰਦਾ ਬਸ ਕਰੋ ਜੀ ਬਸ ਕਰੋ ਸਾਰਾ ਕੰਮ ਧੰਦਾ ਕਰਦਾ ਹੋਊ ਅਗੇ ਨਾਲੇ ਕਾਲਜ ਜਾਂਦਾ ਹੁਣ ਪਰਸੋਂ ਦੀ ਗੱਲ ਸੁਣ ਲੈ ਤੂੰ ਹੈ ਉਹਨੇ ਜਾਣਾ ਸੀਗਾ ਕਾਲਜ ਵੀ ਰੋਟੀ ਬਣਾ ਦੇ ਭਾਬੀ ਕਹਿੰਦੀ ਪੀਣਾ ਧਰਿਆ ਉਹ ਪੀਣਾ ਵੀ ਜ਼ਰਾ ਧਰ ਕੇ ਆ ਗਿਆ ਰੋਟੀ ਨੂੰ ਬਣਾ ਕੇ ਦਿੱਤੀ ਜਵਾਕ ਅਸੀਂ ਭੁੱਖੇ ਢਿੱਡ ਵਗ ਗਿਆ ਨਾ ਉਹ ਸੀਰੀ ਆ ਤੁਹਾਡਾ ਅੱਧ ਦਾ ਮਾਲਕ ਆ ਉਹ ਨਹੀਂ ਮੈਨੂੰ ਐ ਲੱਗਦਾ ਨਹੀਂ ਹੈਗਾ ਕੀ ਰਹਿ ਜੀ ਤੁਹਾਡੇ ਕੋਲੇ ਕੰਧ ਨਿਕਲ ਜੂਗੀ ਸਾਰੀ ਫੋਟੋ ਦੇ ਵਿਚਾਲੇ ਕਢਾਊ ਅਗਲਾ ਕੰਧ ਜਾਂ ਬਰਾਬਰ ਪਾ ਕੇ ਦੇ ਦੀ ਹਣ ਸਾਡਾ ਤਾਂ ਬਹੁਤ ਔਖਾ ਕਰਿਆ ਪਿਆ ਯਾਰ ਜੀ ਤੈਨੂੰ ਕੀ ਦੱਸੀ ਇਹਦੇ ਮਨ ਨਾ ਦਿਮਾਗ 'ਚ ਵੜੇ ਜੇ ਕੋਈ ਇਹਨਾਂ ਕੋਈ ਇਹੀ ਚੀਜ਼ ਵੀ ਇਹਦੇ ਕੋਲ ਕੀ ਦਿਮਾਗ 'ਚ ਵੱਜ ਜੀ ਵੀ ਇਹਨੂੰ ਪਤਾ ਲੱਗ ਜੀ ਹੁਣ ਤੈਨੂੰ ਆਪ ਜੀ ਚਾਹੀਦਾ ਜਵਾਬ
जो कुछ पढ़ लिख के बन गया सोनू भी सहारा लगूगा, तुसी भी कह सकते हो कि हाँ भाई असी पढ़ाया सी। हुण इह इन्ना टॉर्चर कर दिया उन्हूं यार, जो हुण कल नूं होगी गलत कदम चक गया सी की जवाब देवांगे लोकां नूं, फिर की जवाब देवांगे असी लोकां नूं। बन जू भी वारी नूं कहता भी प्यार नाल भाई, प्यार नाल सब कुछ हो जांदा, बोलबाणी च मिठ होनी चाहीदी है। ते वड्डू खां वी बोलांगे भाई, फिर कहेंगे चलूगा भाई। मेरी गल सुन, तू मेरे नाल गुस्से ना हो, तू कहना ना जस्सी नूं प्यार नाल बोल, प्यार नाल रहना, मैं वह भी कर लूं भाई, पर तू मेरे नाल गुस्से ना होई। देख ला भाई ये तेरी मर्जी है, जे तां तू ओदे नाल रख लेंगी वधिया बणा, जे तां ठीक है अपना रिश्ता, नहीं ना मेरे आई ना मैं तेरे आ। ना भाई ऐ ना बोल, मेरी गल सुन ला, मैं उहनूं कुछ नहीं कहिंदी अज तों बाद, जो ओहदा दिल करे ओही करूगा, पर भाई मैं ओहदे पेक्यां बिना नहीं सार सकदी। ते जे तू पेक्यां बिना नहीं सार सकदी, उह भाई बिना किवें सार लूगा, तू उहनूं सौ सौ कुछ बोलदी है। मैनूं माफ कर दो जी, मैं अज तों बाद जस्सी नूं कुछ नहीं कहिंदी, जो ओहदा दिल करदा ओह करे, जो उहने नहीं कम करना ना करे, मैं उहनूं जमा नहीं कहिंदी कम। जे इही विचार तू पहलां तों स्टार्टिंग तों लै के चलदी, तां दिन नहीं देखणा पैंदा सी, क्यों कानूं तेरे भाई नूं बुला के लिआउंदा ओह। है हुण चंगी रही नाले आपदे भाई तों सुणी आ, नाले मेथों सुणदी आ, जे पहलीं सुधर जांदी फिर। फोन मच गया मेरे तां गल सुण के। कोई ना भाई, मेरी गलती से माफ कर दे, अज तो बाद मैं कोई गलती नहीं करती, नाले तुसी बैठो दोनों जने, मैं चाह बना के लियानी है। लिया दे आ जस्सी, फिर कर दी सन्नी चाह भी ला जा। चल बढ़िया करया भाई तू आ गया, साडे दा ना नक्क च दम कर रखे दिए ने, हुण इहनूं की कहंदे सी पुता जी, तुसी मैनूं पहलां ही फोन कर दिंदे जे आ गल्लां हो रहीयां सी। हुण तां असीं तैनूं ऐ नहीं करया वी चल सुधर जूगी यार, वी हौली हौली चल फर्क पै जूगा, सानूं तां हुण तां जमी जस्सी ने वधिया करता तेरे कोल जाया बुला लिया तैनूं, साडा तां नक्क च दम करया पिया सी भाई, सारी टुट गया सी भाई। और बंद मुठी परिवार इकट्ठे रहेंगे, कुछ ना कुछ बना जाएंगे, जे अड अड हो गए भाई की बनूगा, डबल खर्चे हो जाएंगे, घर च कंध निकल जूगी, फिर ਉਹਨੂੰ ਸਮਝਾ ਕੇ ਜਾਈ ਮਾੜਾ ਜਿਹਾ ਚੰਗੀ ਤਰ੍ਹਾਂ, ਕੋਈ ਨਾ ਕੋਈ ਨਾ ਫਿਕਰ ਕਰ। ਹਾਂ ਚੱਲ ਬੈਠ, ਤੂੰ ਕੋਈ ਗੱਲ ਨਹੀਂ, ਮੈਂ ਆ ਗਿਆ ਹੈ।